ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀ ਵੀ 'ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਪ੍ਰਾਈਮ ਵਿਮਨ ਲੈ ਕੇ ਇੱਕ ਵਾਰੀ ਫਿਰ ਹਾਜ਼ਰ ਹੋ ਗਏ ਹਾਂ ਜੀ। ਮੈਂ ਹਾਂ ਕੁਸਮ ਅਤੇ ਮੇਰੇ ਨਾਲ ਨੇ ਹਰਮਨ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਹਰਮਨ ਜੀ। ਅਤੇ ਮੈਨੂੰ ਹੁਣ ਐਂ ਲੱਗਦਾ ਵੀ ਆਪਾਂ ਨੂੰ ਦੱਸਣ ਦੀ ਲੋੜ ਨਹੀਂ ਪਿਆ ਕਰਨੀ ਪ੍ਰਾਈਮ ਵਿਮਨ ਪ੍ਰੋਗਰਾਮ, ਦੋਵੇਂ ਜਣੀਆਂ ਆ ਕੇ ਬਹਿ ਗਈਆਂ, ਪਤਾ ਲੱਗਦਾ ਵੀ ਹਾਂ ਔਰਤਾਂ ਦਾ ਪ੍ਰੋਗਰਾਮ ਸ਼ੁਰੂ ਹੋ ਗਿਆ। ਬਿਲਕੁਲ ਠੀਕ ਹੈ, ਨਾਲ ਦੀ ਨਾਲ, ਪਰ ਇਹ ਆਪਣਾ ਫਰਜ਼ ਹੈ। ਹਾਂ ਬਿਲਕੁਲ, ਕਿ ਅਸੀਂ ਕਿਉਂਕਿ ਹਰ ਰੋਜ਼ ਬਹੁਤ ਸਾਰੇ ਨਵੇਂ ਦਰਸ਼ਕ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜ ਰਹੇ ਨੇ, ਅਤੇ ਅਸੀਂ ਤਹਿ ਦਿਲੋਂ ਤੁਹਾਡੇ ਸ਼ੁਕਰ ਗੁਜ਼ਾਰ ਹਾਂ। ਅਤੇ ਉਹ ਜਿਹੜੇ ਨਵੇਂ ਆਪਣੇ ਨਾਲ ਦਰਸ਼ਕ ਜੁੜ ਰਹੇ ਨੇ, ਉਹਨਾਂ ਨੂੰ ਦੱਸਣਾ ਜ਼ਰੂਰੀ ਹੈ ਵੀ ਕਿਹੜਾ ਪ੍ਰੋਗਰਾਮ। ਹੋਰ ਸੁਣਾਓ, ਕੀ ਹਾਲ ਚਾਲ? ਬਸ ਬਹੁਤ ਵਧੀਆ ਜੀ। ਕੁਸਮ, ਇੱਕ ਗਾਣਾ ਸੁਣਿਆ ਤੁਸੀਂ? ਕਿਹੜਾ ਸੀ? ਪਾਣੀ ਰੇ ਪਾਣੀ ਤੇਰਾ ਰੰਗ ਕੈਸਾ, ਜਿਸ ਮੈਂ ਮਿਲਾ ਦੋ ਲਗੇ ਉਸ ਜੈਸਾ। ਪਾਣੀ ਇੱਕ ਇਹੋ ਜਿਹੀ ਚੀਜ਼ ਹੈ ਜਿਹ ਚ ਜਿਹੜਾ ਰੰਗ ਮਿਲਾ ਦੋ ਉਹ ਉਵੇਂ ਦਾ ਬਣ ਜਾਂਦਾ। ਬਿਲਕੁਲ, ਤੇ ਜਦੋਂ ਉਹ ਚ ਰੰਗ ਮਿਲਾ ਦੋ ਤੇ ਉਸ ਰੰਗ ਦੇ ਵਿੱਚ ਜਿਹੜੀ ਚੀਜ਼ ਪਾ ਦੋ ਉਵੇਂ ਦੀ ਬਣ ਜਾਂਦੀ ਹੈ। ਬਿਲਕੁਲ ਸਹੀ ਗੱਲ ਹੈ। ਤੇ ਇਹਨਾਂ ਰੰਗਾਂ ਦਾ ਔਰਤਾਂ ਦੇ ਨਾਲ ਬੜਾ ਗੂੜਾ ਰਿਸ਼ਤਾ ਹੈ, ਕਿਉਂਕਿ ਅੱਜ ਵੀ ਜਦੋਂ ਕਿਤੇ ਸੂਟ ਲੈਣਾ ਹੁੰਦਾ ਨਾ ਤੇ ਨਾਲ ਅਸੀਂ ਚੁੰਨੀ ਰੰਗਾਉਂਦੇ ਹਾਂ। ਹਾਂ, ਅੱਜ ਕੱਲ ਤਾਂ ਲੇਸਾਂ ਵੀ ਰੰਗਾਈਆਂ ਜਾਂਦੀਆਂ ਨੇ, ਪਤਾ ਤੁਹਾਨੂੰ? ਹਾਂ ਬਿਲਕੁਲ, ਅੱਜ ਕੱਲ ਤੇ ਕਹਿ ਲੋ ਸਾੜੀਆਂ ਵੀ ਰੰਗ ਹੋਣ ਲੱਗ ਪਈਆਂ, ਹੁਣ ਤਾਂ ਸਾਰਾ ਕੁਛ ਹੀ ਰੰਗਾਂ ਦੇ ਵਿੱਚ ਆ ਗਿਆ। ਮੇਰੇ ਇੱਕ ਟੀਚਰ ਸੀਗੇ, ਮੈਨੂੰ ਯਾਦ ਆ, ਉਹਨਾਂ ਨੇ ਖੱਦਰ ਦੀ ਨਾ ਉਹ ਇੱਕ ਸਾੜੀ ਲੈ ਲੈਣੀ, ਤੇ ਉਹ ਹੁੰਦਾ ਸੀ ਵੀ ਰੰਗ ਉਹਨੂੰ ਲੈ ਕੇ ਪਤਾ ਨੀ ਦੁਬਾਰਾ ਚੜ ਜਾਂਦਾ ਸੀ, ਕੁਛ ਐਂ ਦਾ ਕੱਪੜਾ ਸੀਗਾ ਉਹ ਨਾ, ਤੇ ਉਹਨਾਂ ਨੇ ਮਤਲਬ ਇੱਕ ਸਾੜੀ ਲੈਣੀ ਤੇ ਉਹਨੂੰ 3-4 ਵਾਰੀ ਰੰਗ ਕਰਾ ਕੇ ਤੇ ਉਹ ਵਰਤ ਲੈਣੀ। ਵਾਹ, ਕੀ ਬਾਤ ਹੈ! ਇਹ ਵੀ ਦੇਖੋ, ਇਹ ਇਦਾਂ ਦੇ ਤੌਰ ਤਰੀਕੇ ਵੀ ਔਰਤਾਂ ਨੂੰ ਵੀ ਪਤਾ ਹੁੰਦੇ ਨੇ। ਹਾਂ ਬਿਲਕੁਲ, ਹੈ ਨਾ? ਵੈਸੇ ਮੈਨੂੰ ਨਾ ਇੱਕ ਰੰਗ ਤੇ ਰੰਗਰੇਜ਼ ਤੇ ਮੈਨੂੰ ਇੱਕ ਗੀਤ ਬਹੁਤ ਪਸੰਦ ਆ। ਰੰਗਰੇਜ਼ ਮੇਰੇ ਖਿਆਲ ਲਲਾਰੀ ਨੂੰ ਕਹਿੰਦੇ। ਹਾਂ, ਲਲਾਰੀ ਨੂੰ ਕਹਿੰਦੇ, ਜਿਹੜੇ ਜਿਹੜੇ ਚੁੰਨੀਆਂ ਰੰਗ ਦੇ ਸੀ ਪੁਰਾਣੇ ਜ਼ਮਾਨਿਆਂ ਦੇ ਵਿੱਚ, ਲਲਾਰੀ ਕਹਿੰਦੇ ਸੀ। ਹੁਣ ਤਾਂ ਆਪਾਂ ਕਹਿੰਦੇ ਡਾਇਰ, ਡਰਾਈ ਕਲੀਨਰ, ਡਾਇਰ, ਉਹਨਾਂ ਤੋਂ ਹੀ ਨਾ। ਮੈਂ ਕੀ ਕਹਤਾ, ਡਾਇਰ, ਡਾਇਰਸ ਹੀ ਹੁੰਦੇ ਨੇ। ਅੱਛਾ ਅੱਛਾ, ਹਾਂ ਠੀਕ ਆ ਠੀਕ ਆ। ਅੱਜ ਕੱਲ੍ਹ ਅੱਗੇ ਹੁੰਦਾ ਸੀ ਵੱਖੋ ਵੱਖਰੀਆਂ ਦੁਕਾਨਾਂ, ਮੈਂ ਡਰਾਈ ਕਲੀਨ ਦੀ ਤਾਂ ਗੱਲ ਕੀਤੀ ਵੀ ਜਿੱਥੇ ਡਰਾਈ ਕਲੀਨ ਹੁੰਦੇ ਨੇ ਕੱਪੜੇ, ਉੱਥੇ ਤੁਸੀਂ ਡਾਇ ਵੀ ਕਰਾ ਸਕਦੇ ਹੋ। ਉਹ ਅੱਜ ਕੱਲ੍ਹ ਕਿਤੇ ਇਕੱਠੇ ਹੋ ਗਏ ਨੇ। ਸੋ ਗੀਤ ਦੀ ਮੈਂ ਗੱਲ ਕਰ ਰਹੀ ਸੀ, ਉਹ ਇੱਕ ਫਿਲਮ ਦਾ ਗੀਤ ਆ ਜਿਹੜਾ ਵਡਾਲੀ ਬ੍ਰਦਰਸ ਨੇ ਗਾਇਆ ਹੋਇਆ ਸੀ। ਖੈਰ, ਉਹਨਾਂ ਵਿੱਚੋਂ ਅਸੀਂ ਇੱਕ ਭਰਾ ਹੁਣ ਖੋ ਚੁੱਕੇ ਹਾਂ। ਬਿਲਕੁਲ। ਸੋ ਉਹਨਾਂ ਦੇ ਸਾਰੇ ਗੀਤ ਬੜੇ ਸੋਹਣੇ ਨੇ, ਤੇ ਉਹ ਗੀਤ ਹੈਗਾ ਕਿ ਹੋ ਰੰਗ ਰੇਜ ਮੇਰੇ, ਰੰਗ ਰੇਜ ਮੇਰੇ, ਇੱਕ ਬਾਤ ਬਤਾਏ ਤੂਨੇ, ਕੌਣ ਸੇ ਪਾਣੀ ਮੇ ਯੇ ਕੌਣ ਸਾ ਰੰਗ ਘੋਲਾ ਰੇ, ਕੌਣ ਸੇ ਪਾਣੀ ਮੇ ਤੂਨੇ, ਕੌਣ ਸਾ ਰੰਗ ਘੋਲਾ ਰੇ, ਕੇ ਦਿਲ ਬਨ ਗਯਾ ਸ਼ੋਦਾਈ ਮੇਰਾ ਬਸੰਤੀ ਚੋਲਾ ਰੇ, ਓ ਰੰਗ ਰੇਜ ਮੇਰੇ। ਸੋ ਇਹ ਗੀਤ ਮੈਨੂੰ ਬਹੁਤ ਪਸੰਦ ਆ, ਤੇ ਇਹ ਗੀਤ ਮੈਂ ਇੱਕ ਦਿਨ ਗਾ ਰਹੀ ਸੀਗੀ ਤੇ ਮੇਰੀ ਨਾਨੀ ਨੇ ਮੈਨੂੰ ਦੱਸਿਆ, ਤੁਸੀਂ ਫੇਰ ਮੂੰਹ ਬਣਾਇਆ ਮੇਰੇ ਨਾਲ। ਨਹੀਂ, ਮੇਰੀ ਨਾਨੀ ਇਸ਼ਾਰਾ ਕੀਤਾ ਵੀ ਧਿਆਨ ਨਾਲ ਗੱਲ ਸੁਣੋ, ਹੁਣ ਨਾਨੀ ਦੀ ਗੱਲ ਆ ਗਈ ਹੈ, ਆਉਣ ਦਿਓ। ਅੱਛਾ, ਇਹ ਰੰਗਰੇਜ਼ ਮੈਨੂੰ ਕਿਉਂ ਯਾਦ ਆਇਆ, ਆ ਜਿਹੜਾ ਮੈਂ ਸੂਟ ਪਾਇਆ ਨਾ, ਇਹ ਸੂਟ ਜਦੋਂ ਮੈਂ ਪਾ ਕੇ ਕਿਤੇ ਨਾਨਕੀ ਜਾਵਾਂ ਤੇ ਮੇਰੀ ਨਾਨੀ ਨਾ ਮੇਰੇ ਤੇ ਬਹੁਤ ਗੁੱਸਾ ਹੁੰਦੀ ਆ। ਕਿਉਂ? ਉਹ ਕਹਿੰਦੀ ਤੂੰ ਵਿਆਹ ਤੋਂ ਪਹਿਲਾਂ ਹੀ ਫਿੱਕੀਆਂ ਚੁੰਨੀਆਂ ਲੈਣ ਲੱਗ ਪਈ ਆ, ਵੀ ਇਹ ਬਈ ਗੂੜੇ ਗੂੜੇ ਰੰਗ ਪਾਇਆ ਕਰ, ਹੁਣ ਤੇਰੀ ਵਿਆਹ ਦੀ ਉਮਰ ਆ, ਹੁਣ ਤੂੰ ਆ ਫਿੱਕੇ ਜਿਹੇ ਰੰਗ ਪਾ ਲੈਂਦੀ ਆ, ਇਹ ਰੰਗ ਚੰਗੇ ਨਹੀਂ ਹੁੰਦੇ, ਹਨਾ? ਤੇ ਫਿਰ ਜਦੋਂ ਰੰਗਾਂ ਦੀ ਗੱਲ ਤੁਰੀ ਤਾਂ ਬੀਬੀ ਕਹਿੰਦੀ ਵੀ ਸਾਡੀ ਵਾਰੀ ਨਾ ਇਹ ਰੰਗ ਲੈਣ ਨਹੀਂ ਸੀ ਦਿੰਦੇ ਹੁੰਦੇ, ਇੱਦਾਂ ਫਿੱਕੇ ਰੰਗ ਨਾ ਵਿਆਹ ਤੋਂ ਪਹਿਲਾਂ ਨਾ ਬਾਅਦ ਚ, ਕਿਉਂਕਿ ਫਿੱਕਾ ਰੰਗ ਤੁਹਾਨੂੰ ਪਤਾ ਥੋੜਾ ਸੋਗ ਦੇ ਨਾਲ ਜੁੜਿਆ ਜਾਂਦਾ। ਤੇ ਕਹਿੰਦੀ ਸਾਡੇ ਫਿਰ ਲਲਾਰੀ ਹੁੰਦੇ ਸੀਗੇ, ਉਹ ਚੁੰਨੀਆਂ ਰੰਗ ਕੇ ਜਾਂਦੇ ਸੀਗੇ। ਮੈਨੂੰ ਕਹਿੰਦੀ ਤੁਹਾਨੂੰ ਤਾਂ ਪਤਾ ਹੀ ਨਹੀਂ ਹੋਣਾ ਲਲਾਰੀ ਕਿਹੜੇ ਆ, ਜਿਹੜੇ ਰੰਗਰੇਜ਼ ਗਾਉਂਦੀ ਫਿਰਦੀ ਨਾ, ਲਲਾਰੀ ਨੂੰ ਰੰਗਰੇਜ਼ ਵੀ ਕਹਿੰਦੇ ਸੀ। ਮੈਂ ਕਿਹਾ ਵਾਹ ਬੀਬੀ, ਬਿਲਕੁਲ ਸਹੀ ਹੈ। ਲਲਾਰੀ ਜਿਹੜੇ ਹੈ ਇਹ ਸਾਡੇ ਇੱਕ ਤਰ੍ਹਾਂ ਨਾਲ ਇਤਿਹਾਸ ਨਾਲ ਹੀ ਜੁੜ ਗਏ ਹੁਣ ਤਾਂ, ਪਰ ਮੈਂ ਤਾਂ ਇਹ ਕਹਿੰਦੀ ਹੁੰਦੀ ਹਾਂ ਕਿ ਰੱਬ ਵੀ ਇੱਕ ਰੰਗਰੇਜ਼ ਹੈ, ਕਿਉਂਕਿ ਸਾਡੀ ਜ਼ਿੰਦਗੀ ਨੂੰ ਰੰਗ ਉਹ ਭਰਦਾ ਵੱਖੋ। ਕੁਦਰਤ ਦੇ ਸਾਰੇ ਰੰਗ ਉਹਨੇ ਭਰੇ ਨੇ, ਸਾਡੀ ਜ਼ਿੰਦਗੀ ਦੇ ਸਾਰੇ ਰੰਗ ਉਹਨੇ ਭਰੇ ਨੇ। ਤੇ ਜੇ ਲਲਾਰੀ ਦੀ ਜੇ ਗੱਲ ਕਰੀਏ ਤਾਂ ਅੱਜ ਆਪਣੀਆਂ ਬੀਬੀਆਂ ਭੈਣਾਂ ਨਾਲ ਵੀ ਸਾਂਝੀ ਕਰਦੇ ਹਾਂ ਗੱਲ, ਜਿਹੜੀਆਂ ਸਾਡੀਆਂ ਪੁਰਾਣੀਆਂ ਬੀਬੀਆਂ ਨੇ, ਉਹਨਾਂ ਨੂੰ ਵੀ ਯਾਦ ਆ ਗਿਆ ਹੋਣਾ ਵੀ ਹਾਂ ਲਲਾਰੀ ਤੋਂ ਜਿਹੜਾ ਅਸੀਂ ਰੰਗਦੇ ਸੀਗੇ। ਤੇ ਜਿਹਨਾਂ ਨੂੰ ਨਹੀਂ ਪਤਾ ਉਹਨਾਂ ਲਈ ਇੱਕ ਨਵੀਂ ਚੀਜ਼ ਹੋਣੀ ਆ, ਕਿਉਂਕਿ ਜਦੋਂ ਇਹ ਗੱਲ ਮੈਂ ਆ ਕੇ ਹਰਮਨ ਜੀ ਨਾਲ ਸਾਂਝੀ ਕੀਤੀ ਵੀ ਆਏ, ਨਾਨੀ ਨੇ ਦੱਸਿਆ ਵੀ ਲਲਾਰੀ ਹੁੰਦੇ ਸੀਗੇ, ਹੈ ਨਾ? ਤੇ ਹਰਮਨ ਜੀ ਨੇ ਤੇ ਮੈਂ ਬੈਠ ਕੇ, ਹਰਮਨ ਜੀ ਅੱਗੇ ਉਹ ਅੱਗੇ ਸਾਇੰਟਿਸਟ,
ਕੱਢ ਲਈ ਖੋਜ ਵੀ ਐਂ ਹੁੰਦਾ ਤੇ ਐਂ ਹੁੰਦਾ ਤੇ ਜੋ ਸਾਨੂੰ ਪਤਾ ਲੱਗਾ ਉਹ ਬਹੁਤ ਜ਼ਿਆਦਾ ਵਧੀਆ ਸੀ ਤੇ ਅਸੀਂ ਪ੍ਰਾਈਮ ਵੂਮੈਨ ਦੇ ਵਿੱਚ ਇਸੇ ਲਈ ਉਸ ਮੁੱਦੇ ਦੇ ਉੱਪਰ ਗੱਲ ਕਰ ਰਹੇ ਕਿਉਂਕਿ ਲਲਾਰੀਆਂ ਦੇ ਨਾਲ ਔਰਤਾਂ ਦਾ ਬਹੁਤ ਜ਼ਿਆਦਾ ਕਹਿ ਲਓ ਵੀ ਸੰਬੰਧ ਹੁੰਦਾ ਸੀ ਵੀ ਉਹਨਾਂ ਕੋਲੋਂ ਚੁੰਨੀਆਂ ਰੰਗਾਉਣੀਆਂ ਚਾਦਰਾਂ ਰੰਗਾਉਣੀਆਂ ਹੈ ਨਾ ਆਪਣੇ ਤਰ੍ਹਾਂ ਤਰ੍ਹਾਂ ਦੀ ਛਪਾਈ ਕਰਵਾਉਣੀ ਉਹਨਾਂ ਤੋਂ ਹੈ ਨਾ ਬੜਾ ਗੂੜਾ ਰਿਸ਼ਤਾ ਹੁੰਦਾ ਸੀਗਾ ਤੇ ਮੈਨੂੰ ਨਾਨਕੀ ਛੱਕ ਚੇਤੇ ਆ ਗਈ ਉਸ ਤੋਂ ਪਹਿਲਾਂ ਜੇ ਮੈਂ ਗੱਲ ਕਰਾਂ ਆਪਣੇ ਸੱਭਿਆਚਾਰ ਦੀ ਤਾਂ ਬੋਲੀਆਂ ਵੀ ਨੇ ਲਲਾਰੀ ਦੇ ਉੱਤੇ ਹਾਂ ਬਿਲਕੁਲ ਆਪਾਂ ਛੋਟੇ ਹੁੰਦੇ ਵੀ ਬੋਲੀ ਪਾਉਂਦੇ ਹੁੰਦੇ ਸੀ ਨਾ ਸਕੂਲਾਂ ਵਿੱਚ ਵੀ ਜੀ 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 ਘੁੰਗਰੀਆਂ ਪਰਾਂਦੇ ਨੂੰ ਘੁੰਗਰੀਆਂ ਪਰਾਂਦੇ ਨੂੰ ਮੈਂ ਆਖ ਰਹੀ ਆਂ ਜਾਂਦੇ ਨੂੰ ਆਖੀ ਵੇ ਲਲਾਰੀ ਨੂੰ ਦੇ ਡੋਬਾ ਫੁਲਕਾਰੀ ਨੂੰ ਦੇ ਡੋਬਾ ਬੜੀ ਫੇਮਸ ਬੋਲੀ ਸੀ ਇਹ ਤਾਂ ਕੀ ਸੀ ਨਾ ਮਤਲਬ ਬਿਲਕੁਲ ਤੇ ਜਦੋਂ ਅਸੀਂ ਉਹਨਾਂ ਲਲਾਰੀਆਂ ਬਾਰੇ ਚ ਪੜ੍ਹਿਆ ਬੜਾ ਚੰਗਾ ਲੱਗਿਆ ਬਹੁਤ ਕੁਛ ਜਾਣਨ ਨੂੰ ਸਿੱਖਣ ਨੂੰ ਮਿਲਿਆ ਸਭ ਤੋਂ ਪਹਿਲਾਂ ਜੇ ਲਲਾਰੀਆਂ ਦੇ ਕਿੱਤੇ ਦੀ ਆਪਾਂ ਗੱਲ ਕਰੀਏ ਤਾਂ ਸ਼ੁਰੂ ਕਰੋ ਜੀ ਫਿਰ ਜੀ ਬਿਲਕੁਲ ਭਗਤ ਨਾਮਦੇਵ ਦੀ ਇਹ ਜਿਹੜੀ ਬਰਾਦਰੀ ਮੰਨੀ ਜਾਂਦੀ ਆ ਕਿ ਉਹਨਾਂ ਦੇ ਜਿਹੜੇ ਰਾਹ ਤੇ ਤੁਰਦੇ ਉਹਨਾਂ ਦੇ ਪੈਰੋਕਾਰ ਜਿਹੜੇ ਉਹਨਾਂ ਨੂੰ ਲਲਾਰੀ ਕਿਹਾ ਜਾਂਦਾ ਸੀ ਔਰ ਇਹਨਾਂ ਨੂੰ ਛੀਂਬੇ ਵੀ ਕਿਹਾ ਜਾਂਦਾ ਸੀ ਰੰਗਰੇਜ਼ ਵੀ ਕਿਹਾ ਜਾਂਦਾ ਸੀ ਕਿ ਇਹ ਚੁੰਨੀਆਂ ਰੰਗ ਦੇ ਸੀ ਖੱਦਰ ਦੇ ਕੱਪੜੇ ਰੰਗ ਦੇ ਸੀ ਫਿਰ ਉਹਨਾਂ ਤੋਂ ਕਈ ਜਿਹੜੀਆਂ ਚੀਜ਼ਾਂ ਨੇ ਉਹ ਅੱਗੇ ਬਣਦੀਆਂ ਸੀਗੀਆਂ ਸੋ ਇਹਨਾਂ ਨੂੰ ਲਲਾਰੀ ਜਿਹੜਾ ਸ਼ਬਦ ਆ ਉੱਥੋਂ ਨਿਕਲ ਕੇ ਆਇਆ ਬਿਲਕੁਲ ਤੇ ਇਹਨਾਂ ਨੂੰ ਚੰਦੇ ਰੰਗਣ ਵਾਲੇ ਵੀ ਕਿਹਾ ਚੰਦੇ ਠੇਕਣ ਵਾਲੇ ਚੰਦੇ ਠੇਕਣ ਵਾਲੇ ਅੱਛਾ ਜਦੋਂ ਨਾ ਆਪਾਂ ਪੜ੍ਹ ਰਹੇ ਸੀਗੇ ਚੰਦੇ ਤੇ ਮੈਨੂੰ ਸਮਝ ਨਹੀਂ ਆਇਆ ਵੀ ਚੰਦੇ ਕਿਹਨੂੰ ਕਹਿੰਦੇ ਨੇ ਫਿਰ ਮੈਨੂੰ ਯਾਦ ਆਇਆ ਵੀ ਰਜਾਈਆਂ ਦੇ ਸਾਡੇ ਵੱਲ ਅਮਰੇ ਕਹਿੰਦੇ ਨੇ ਰਜਾਈਆਂ ਦਾ ਉੱਪਰਲਾ ਹਿੱਸਾ ਜਿਹੜਾ ਹੁੰਦਾ ਉਹਨੂੰ ਚੰਦੇ ਕਿਹਾ ਜਾਂਦਾ ਕਵਰ ਕਹਿ ਲਓ ਹਾਂ ਕਵਰ ਕਹਿ ਲਓ ਇਹਨੂੰ ਚੰਦੇ ਕਿਹਾ ਜਾਂਦਾ ਤੇ ਇਹ ਜਿਹੜਾ ਕੰਮ ਹੈ ਚੰਦੇ ਰੰਗਣ ਵਾਲਾ ਹੈ ਨਾ ਇਹ ਉਦੋਂ ਤੁਸੀਂ ਵੇਖੋ ਵੀ ਤਰ੍ਹਾਂ ਤਰ੍ਹਾਂ ਜਿਹੜੇ ਠੱਪੇ ਨੇ ਉਹ ਹੁੰਦੇ ਸੀ ਉਹਨਾਂ ਠੱਪਿਆਂ ਦੇ ਨਾਲ ਹੀ ਉਹ ਜਿਹੜੀ ਕਹਿ ਲਓ ਚੰਦਿਆਂ ਨੂੰ ਰੰਗ ਕੇ ਨਾ ਤੇ ਉਹਦੇ ਉੱਪਰ ਫਿਰ ਉਹਦੀ ਛਪਾਈ ਕੀਤੀ ਜਾਂਦੀ ਹੁੰਦੀ ਸੀ ਹਨਾ ਉਹਨਾਂ ਨੂੰ ਸੰਚੇ ਕਿਹਾ ਜਾਂਦਾ ਜਾਂ ਠੱਪੇ ਕਹਿ ਲਓ ਉਹ ਕਿਹਾ ਜਾਂਦਾ ਤੇ ਇਹ ਜਿਹੜੇ ਸੰਚੇ ਨੇ ਜਾਂ ਠੱਪੇ ਨੇ ਇਹ ਅੰਮ੍ਰਿਤਸਰੋਂ ਜਾ ਕੇ ਅੰਮ੍ਰਿਤਸਰ ਗੁਰੂ ਕੀ ਨਗਰੀ ਦੇ ਵਿੱਚ ਜਾ ਕੇ ਤੇ ਉੱਥੋਂ ਲਲਾਰੀ ਲੈ ਕੇ ਆਉਂਦੇ ਹੁੰਦੇ ਸੀਗੇ ਹੌਲੀ ਹੌਲੀ ਚਲੋ ਪਹਿਲਾਂ ਤਾਂ ਤੁਸੀਂ ਮੰਨੋਗੇ ਵੀ 15 ਤੋਂ 20 ਦਿਨ ਲੱਗਦੇ ਹੁੰਦੇ ਸੀ ਉਹਨਾਂ ਠੱਪਿਆਂ ਨੂੰ ਲੈਣ ਜਾਣ ਦੇ ਲਈ ਉਹਨਾਂ ਸੰਚਿਆਂ ਨੂੰ ਲੈ ਕੇ ਜਾਣਾ ਕਿਉਂਕਿ ਤੁਰ ਕੇ ਜਾਣਾ ਹਨਾ ਇਹ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਦੀ ਗੱਲ ਜਿਸ ਤੋਂ ਬਾਅਦ ਜਦੋਂ ਅੰਗਰੇਜ਼ ਆਏ ਫਿਰ ਰੇਲ ਸੇਵਾ ਸ਼ੁਰੂ ਹੋਈ ਤੇ ਉਹਦੇ ਤੋਂ ਬਾਅਦ ਤਾਂ ਜਦੋਂ ਦਿਲ ਕਰਦਾ ਸੀ ਉਦੋਂ ਨਵਾਂ ਜਿਹੜਾ ਠੱਪਾ ਹੈ ਸੰਚਾ ਹੈ ਉਹ ਲੈ ਆਉਂਦੇ ਹੁੰਦੇ ਸੀ ਉਹ ਤੇ ਉਹਦੇ ਨਾਲ ਹੀ ਜਿਹੜਾ ਨਵਾਂ ਡਿਜ਼ਾਈਨ ਹੈ ਉਹ ਪਾ ਦਿੱਤਾ ਜਾਂਦਾ ਹੁੰਦਾ ਸੀ ਚੰਦਿਆਂ ਦੇ ਉੱਪਰ ਠੱਪੇ ਜਿਹੜੇ ਆ ਉਹ ਕਈ ਵਾਰੀ ਹੁਣ ਜਦੋਂ ਲਾਉਂਦੇ ਰਹਿਣਾ ਤਾਂ ਭੁਰ ਵੀ ਜਾਣੇ ਜੀ ਤੇ ਫਿਰ ਉਹਨਾਂ ਨੂੰ ਸੌਖਾ ਹੋ ਗਿਆ ਵੀ ਜਾ ਕੇ ਨਵੇਂ ਲੈ ਆਉਣੇ ਤੇ ਜਦੋਂ ਤੁਰ ਕੇ ਜਾਣਾ ਪੈਂਦਾ ਸੀ ਫਿਰ ਉਹਨਾਂ ਨਾਲ ਹੀ ਕੰਮ ਸਾਰੀ ਜਾਣਾ ਠੀਕ ਠਾਕ ਜਿਹਾ ਕਰਕੇ ਉਹਨਾਂ ਨੂੰ ਤੇ ਫਿਰ ਸਮਾਂ ਸੌਖਾ ਹੋ ਗਿਆ ਕੰਮ ਬਿਲਕੁਲ ਠੀਕ ਹੈ ਬਾਕੀ ਇਹ ਨਾ ਕਹਾਣੀ ਬੜੀ ਜ਼ਿਆਦਾ ਕਹਿ ਲਓ ਲੰਬੀ ਵੀ ਆ ਤੇ ਰੋਮਾਂਚਕ ਵੀ ਆ ਬਿਲਕੁਲ ਇਹਦੇ ਬਾਰੇ 'ਚ ਆਪਾਂ ਗੱਲਬਾਤ ਅੱਗੇ ਜਾਰੀ ਰੱਖਾਂਗੇ ਫਿਲਹਾਲ ਵੇਲਾ ਵਕਫੇ ਦਾ ਹੋ ਗਿਆ ਵਕਫੇ ਤੋਂ ਬਾਅਦ 'ਚ ਮਿਲਦੇ ਹਾਂ ਪ੍ਰਾਈਮ ਏਸ਼ੀਆ ਟੀਵੀ ਤੇ ਪ੍ਰਾਈਮ ਵੂਮੈਨ ਵੇਖ ਰਹੇ ਹੋ ਤੁਸੀਂ ਹਰਮਨਥ ਅਤੇ ਕੁਸਮ ਸੋਨੀਆ ਜੀ ਦੇ ਨਾਲ ਤੇ ਅਸੀਂ ਅੱਜ ਗੱਲ ਕਰ ਰਹੇ ਸੀ ਲਲਾਰੀਆਂ ਦੀ ਤੇ ਅੱਛਾ ਮੈਂ ਜਿਵੇਂ ਦੱਸ ਰਹੀ ਸੀ ਤੁਹਾਨੂੰ ਕੁਸਮ ਜੀ ਕਿ ਉਹ ਜਿਹੜੇ ਡਿਜ਼ਾਈਨ ਨੇ ਉਹ ਠੱਪਿਆਂ ਦੇ ਨਾਲ ਸੰਚਿਆਂ ਦੇ ਨਾਲ ਪਾਏ ਜਾਂਦੇ ਹੁੰਦੇ ਸੀ ਉਸ ਤੋਂ ਪਹਿਲਾਂ ਮੈਂ ਇਹ ਤੁਹਾਨੂੰ ਜ਼ਰੂਰ ਦੱਸ ਦਿਆਂ ਅੱਗੇ ਵਧਣ ਤੋਂ ਪਹਿਲਾਂ ਕਿ ਇਹ ਜਿਹੜੇ ਠੱਪੇ ਨੇ ਜਾਂ ਜਿਹਨੂੰ ਸੰਚੇ ਆਪਾਂ ਕਹਿੰਦੇ ਨੇ ਇਹ ਨਾ ਲੱਕੜ ਦੇ ਠੋਸ ਲੱਕੜ ਦੇ ਹੁੰਦੇ ਸੀ ਹਨਾ ਵੀ ਜਿਹੜੀ ਲੱਕੜ ਸਖ਼ਤ ਹੈ ਉਸ ਲੱਕੜ ਦੇ ਇਹ ਬਣਾਏ ਜਾਂਦੇ ਹੁੰਦੇ ਸੀ ਤੇ ਫਿਰ ਇਹਨਾਂ ਸੰਚਿਆਂ ਨੂੰ ਰੰਗਾਂ ਦੇ ਵਿੱਚ ਡੋਬ ਕੇ ਤੇ ਫਿਰ ਛਾਪੇ ਲਾਏ ਜਾਂਦੇ ਹੁੰਦੇ ਜਿਹਦਾ ਕਿੰਨਾ ਵਧੀਆ ਬਲੌਕ ਪ੍ਰਿੰਟਿੰਗ ਅੱਜ ਕੱਲ੍ਹ ਕਹਿੰਦੇ ਕਿੰਨਾ ਵਧੀਆ ਲੱਗਦਾ ਹੋਊਗਾ ਨਾ ਵੀ ਜਾਂਦੀਆਂ ਹੋਣਗੀਆਂ ਬੀਬੀਆਂ ਜਾਂ ਆਪਣੇ ਘਰ ਵਾਲੇ ਨੂੰ ਭੇਜਦੀਆਂ ਹੋਣਗੀਆਂ ਵੀ ਆਹ ਠੱਪੇ ਦਾ ਡਿਜ਼ਾਈਨ ਆਏ ਚਾਹੀਦਾ ਇੱਦਾਂ ਚਾਹੀਦਾ ਮੈਨੂੰ ਤਾਂ ਫੁੱਲ ਕਿਉਂਕਿ ਪਹਿਲਾਂ ਹੁੰਦਾ ਸੀ ਵੀ ਇਹਨਾਂ ਤੇ ਪਹਿਲਾਂ ਪਹਿਲਾਂ ਜਿਹੜੇ ਡਿਜ਼ਾਈਨ ਪੈਂਦੇ ਸੀਗੇ ਉਹ ਪੈਂਦੇ ਸੀਗੇ ਪੰਛੀਆਂ ਦੇ ਘੁੱਗੀਆਂ ਮੋਰ ਚਿੜੀਆਂ ਤੋਤੇ ਹਨਾ ਫਿਰ ਫੁੱਲਾਂ ਦੇ ਪੈਣ ਲੱਗ ਪਏ ਫਿਰ ਸ਼ੇਰਾਂ ਵਾਲੇ ਪੈਣ ਲੱਗ ਪਏ ਸੂਰਜ ਦੇ ਬੜੇ ਸੂਰਜ ਦੇ ਬਣੇ ਹਾਂ ਬਣੇ ਪੈਣ ਲੱਗ ਪਏ ਫਿਰ ਹੌਲੀ ਹੌਲੀ ਜਿਵੇਂ ਸਾਡਾ ਕਹਿ ਲਓ ਵੀ ਸਵਾਦ ਚੇਂਜ ਹੋ ਜਾਂਦਾ ਸਵਾਦ ਬਦਲ ਜਾਂਦਾ ਪਸੰਦ ਬਦਲ ਜਾਂਦੀ ਥੋੜਾ ਜਿਹਾ ਆਧੁਨਿਕ ਹੋ ਜਾਂਦੇ ਅਸੀਂ ਫਿਰ ਇਹਨਾਂ ਤੇ ਪੈਣ ਲੱਗ ਪਏ ਵੀ ਜਿਵੇਂ ਗੁੱਡੇ ਗੁੱਡੀਆਂ ਹਿਰਨ ਭੋਲੂ ਕਾਕੇ ਜਿਹੜੇ ਬਣੇ ਹੁੰਦੇ ਹੀ ਹਨਾ ਸਾਡੇ ਵੀ ਮੈਨੂੰ ਪਤਾ ਵੀ ਮੈਨੂੰ ਯਾਦ ਆ ਵੀ ਮੇਰੀ ਮਾਂ ਦੇ ਬਣੇ ਹੋਏ ਹੁੰਦੇ ਸੀਗੇ ਨਾਨੀ ਦੇ ਬਣੇ ਹੋਏ ਉਹ ਚਾਦਰਾਂ ਹੁੰਦੀਆਂ ਸੀਗੀਆਂ ਤੇ ਮੈਂ ਕਹਿਣਾ ਵੀ ਮੈਂ ਨਾ ਉਹ ਪਰੀ ਵਾਲੀ ਚਾਦਰ ਲੈਣੀ ਆ
ਉੱਥੇ ਪਰੀ ਬਣੀ ਹੁੰਦੀ ਸੀ, ਇੱਦਾਂ ਖੱਪਾ ਲੱਗਾ ਹੁੰਦਾ ਸੀ। ਮੈਂ ਕਹਿੰਦਾ ਵੀ ਮੈਂ ਪਰੀ ਵਾਲੀ ਚਾਦਰ ਲੈਣੀ, ਸੋਹਣਾ ਹੀ ਨਹੀਂ। ਉਸ ਤੋਂ ਇਲਾਵਾ ਔਰਤਾਂ ਵਾਲੇ ਹਨਾ, ਚਰਖਾ ਕੱਤਦੀਆਂ ਔਰਤਾਂ, ਉਹਨਾਂ ਦੇ ਠੱਪੇ ਜਿਹੜੇ ਉਹ ਬਣਦੇ। ਫਿਰ ਐਂ ਵੀ ਹੋਣ ਲੱਗ ਪਿਆ ਵੀ ਪੰਜਾਬ ਦਾ ਜਿਹੜਾ ਸੱਭਿਆਚਾਰ ਆ ਉਹ ਵੀ ਸਾਨੂੰ ਇੱਥੇ ਦਿਸਣ ਲੱਗ ਪਿਆ ਕਿ ਜਿਵੇਂ ਹੁਣ ਬੀਬੀਆਂ ਬੈਠੀਆਂ ਨੇ ਉਹ ਕੁਛ ਕੱਤ ਰਹੀਆਂ ਨੇ, ਉਹ ਬਣਨੇ ਸ਼ੁਰੂ ਹੋਣ ਲੱਗ ਪਏ। ਫਿਰ ਅੱਛਾ ਮੈਂ ਇਹ ਵੀ ਪੜ੍ਹ ਰਹੀ ਸੀਗੀ ਕਿ ਸੁਰਿੰਦਰ ਕੌਰ ਦੇ ਗਾਣੇ ਬਹੁਤ ਉਦੋਂ ਚੱਲਦੇ ਹੁੰਦੇ ਸੀਗੇ, ਤਾਂ ਉਹਨਾਂ ਗਾਣਿਆਂ ਦੀਆਂ ਲਾਈਨਾਂ ਵੀ ਉਹ ਛਾਪ ਲੈਂਦੇ ਸੀਗੇ। ਨੀ ਮੈਂ ਕੱਤਾਂ ਪਰੀਤਾਂ ਨਾਲ ਚਰਖਾ ਚੰਨਣ ਦਾ, ਹਵਾ ਚਰਖਾ ਚੰਨਣ ਦਾ। ਇਸੇ ਇਲਾਵਾ ਤੁਸੀਂ ਦੇਖੋ ਦੀਪਕ ਜੈਤੋਈ ਸਾਹਿਬ ਦਾ ਲਿਖਿਆ ਹੋਇਆ ਗਾਣਾ ਜਿਹੜਾ ਨਰਿੰਦਰ ਬੀਬਾ ਹੋਰਾਂ ਨੇ ਗਾਇਆ ਸੀ, ਆ ਲੈ ਮਾਏ ਸਾਂਭ ਕੁੰਜੀਆਂ ਧੀਆਂ ਕਰ ਚੱਲੀਆਂ ਸਰਦਾਰੀ, ਇਹਨਾਂ ਦੇ ਇਹੋ ਜਿਹੇ ਠੱਪੇ ਵੀ ਬਣਨੇ ਸ਼ੁਰੂ ਹੋ ਗਏ, ਇਹਨਾਂ ਦੇ ਵੀ ਜਿਹੜੇ ਸੰਚੇ ਸੀ ਉਹ ਬਣਨੇ ਸ਼ੁਰੂ ਹੋ ਗਏ, ਤੇ ਉਹ ਆਮ ਹੀ ਚਾਦਰਾਂ ਦੇ ਉੱਪਰ ਜਾਂ ਉਹ ਕੀ ਆਪਾਂ ਮੇਜ ਪੋਸ਼ ਉਹਨਾਂ ਦੇ ਉੱਪਰ ਇਹ ਸੰਚੇ ਲੱਗਣ ਸ਼ੁਰੂ ਹੋ ਗਏ। ਮੇਰੀ ਮਾਂ ਮੇਰੀ ਦੱਸਦੇ ਹੁੰਦੇ ਆ ਵੀ ਉਹਨਾਂ ਨੇ ਨਾ ਤਿੰਨ ਚਾਰ ਕੁੜੀਆਂ ਨੇ ਉਦੋਂ ਹੁੰਦਾ ਸੀਗਾ ਵੀ ਖੱਦਰ ਦੀ ਇੱਕ ਚਾਦਰ ਲੈ ਲੈਣੀ ਤਾਂ ਉਹ ਕਾਂਟੇ ਵਾਹ ਵਾਹ ਕੇ ਬਣਾਉਣੀ ਨਾ, ਹੱਲੇ ਵੀ ਸਾਡੇ ਹੈਗੀ ਆ, ਉੱਥੇ ਵੀ ਉਹਨਾਂ ਨੇ ਲਿਖਿਆ ਹੋਇਆ ਆ, ਮਤਲਬ ਜਿਹਦੀ ਚਾਦਰ ਉਹਦਾ ਨਾਂ ਲਿਖ ਦੇਣਾ। ਵਾਹ, ਹਨਾ, ਉਹ ਤਾਂ ਚਲੋ ਉਹਨਾਂ ਨੇ ਕਢਾਈ ਕੀਤੀ ਹੋਈ ਸੀ, ਠੱਪਿਆਂ ਦਾ ਵੀ ਐਂ ਹੁੰਦਾ ਸੀ ਵੀ ਜਿਹਨੂੰ ਦੇਣਾ, ਮਤਲਬ ਇਹਨਾਂ ਜਿਹਨਾਂ ਨੇ ਰੰਗ ਕੇ ਦੇਣਾ ਉਸ ਮਾਲਕ ਦਾ ਨਾਂ ਲਿਖਿਆ ਹੁੰਦਾ ਸੀ, ਜਿਹਨੂੰ ਕਹਿਣਾ ਸੀ ਵੀ ਸਾਡਾ ਨਾਮਾ ਪਾ ਦੇ, ਆਮਦਨ ਜਿਹੜੀ ਉਹ ਲੋਕਾਂ ਨੂੰ ਹੁੰਦੀ ਸੀ। ਸੋ ਇਹ ਜਿਹੜਾ ਕੰਮ ਹੈ ਇਹ ਕਿਸਾਨਾਂ ਦੇ ਝਾੜ ਦੇ ਉੱਪਰ ਨਿਰਭਰ ਹੁੰਦਾ ਸੀ ਕਿ ਜੇ ਝਾੜ ਵਧੀਆ ਹੋ ਗਿਆ ਤਾਂ ਫਿਰ ਉਹ ਕੰਮ ਜਿਹੜਾ ਉਹ ਅੱਗੇ ਵਧੀਆ ਚੱਲਿਆ, ਕਿਉਂਕਿ ਕਪਾਹ ਜਿਹੜਾ ਹੈ ਉਹ ਵੀ ਆਪਾਂ ਨੂੰ ਖੇਤਾਂ ਚੋਂ ਮਿਲਣਾ, ਨਰਮਾ ਜਿਹੜਾ ਉਹ ਖੇਤਾਂ ਚੋਂ ਮਿਲਣਾ, ਤੇ ਉਹ ਨਰਮਾ ਕੱਤ ਕੇ ਅੱਗੇ ਉਹ ਜਿਹੜਾ ਸੂਤ ਹੈ ਉਹ ਬਣਦਾ ਸੀ, ਸੂਤ ਤੋਂ ਅੱਗੇ ਜਿਹੜੀਆਂ ਉਹ ਚਾਦਰਾਂ ਨੇ ਉਹ ਬਣਦੀਆਂ ਹੁੰਦੀਆਂ ਸੀ, ਹਨਾ, ਖੇਸ ਬਣਨੇ ਹੁੰਦੇ ਸੀ, ਖੱਦਰ ਬਣਨੇ ਹੁੰਦੇ ਸੀ। ਸੋ ਇਹ ਸਾਰਾ ਕੁਛ ਆਪਣੇ ਕਿਸਾਨੀ ਦੇ ਉੱਪਰ ਨਿਰਭਰ ਕਰਦਾ ਹੁੰਦਾ ਸੀ, ਤੇ ਉਦੋਂ ਤੁਸੀਂ ਵੇਖੋ ਜਿਹੜੀ ਉਹਨਾਂ ਦੀ ਮਿਹਨਤ ਹੁੰਦੀ ਸੀ, ਆਪਣੇ ਲਲਾਰੀਆਂ ਦੀ ਮਿਹਨਤ ਹੁੰਦੀ ਸੀ ਜਾਂ ਛਾਪਾ ਲਾਉਣ ਵਾਲਿਆਂ ਦੀ ਮਿਹਨਤ ਹੁੰਦੀ ਸੀ, ਉਹ ਇੱਦਾਂ ਹੁੰਦਾ ਸੀ ਵੀ ਲੈਣ ਦੇਣ ਦਾ ਕੰਮ, ਜਿੱਦਾਂ ਕਿ ਅਨਾਜ ਜਿਹੜਾ ਹੈ ਉਹਦੇ ਬਦਲੇ ਚ ਉਹਨਾਂ ਨੇ ਚਾਦਰਾਂ ਕਰ ਦੇਣੀ, ਹਾਂ, ਬਾਰਟਰ ਸਿਸਟਮ ਜਿਹਨੂੰ ਆਪਾਂ ਕਹਿੰਦੇ ਹਾਂ। ਪਰ ਉਹ ਆਂਦਰਾ ਵਟਾਂਦਰਾ ਜਿਹੜਾ ਉਹ ਫਿਕਸ ਹੁੰਦਾ ਸੀ ਕਿ ਚਾਦਰ ਲਈ ਇੰਨਾ, ਹਨਾ, ਮੇਜ ਪੋਛ ਲਈ ਇੰਨਾ, ਇੱਦਾਂ, ਹਨਾ, ਉਸ ਹਿਸਾਬ ਦੇ ਨਾਲ ਸਾਰਾ ਕੰਮ ਕੀਤਾ ਜਾਂਦਾ ਹੁੰਦਾ। ਪਹਿਲਾਂ ਅਸੀਂ ਤਾਂ ਉਹ ਜ਼ਮਾਨੇ ਨਹੀਂ ਵੇਖੇ, ਪਰ ਸਾਨੂੰ ਹੋ ਸਕਦਾ ਉਹਨਾਂ ਨੂੰ ਔਖਾ ਲੱਗਦਾ ਹੋਵੇ, ਪਰ ਸਾਨੂੰ ਸੁਣ ਸੁਣ ਕੇ ਆਪਣੀ ਨਾਨੀਆਂ ਦਾਦੀਆਂ ਤੋਂ ਸਵਾਦ ਬੜਾ ਉਹਦਾ ਵੀ ਕਿਵੇਂ ਹੁੰਦਾ ਹੋਊਗਾ ਨਾ। ਸੱਚੀ ਹੁਣ ਵੀ ਅਸੀਂ ਉਹ ਇੱਕ ਫਿਲਮ ਦੇ ਵਿੱਚ ਵੀ ਵੇਖਿਆ ਵੀ ਉਹ ਕਿਵੇਂ ਅਮਰਿੰਦਰ ਗਿੱਲ ਉਹ ਕੁੜਤਾ ਪਜਾਮਾ ਲਿਆਉਂਦਾ ਤੇ ਪਿੱਛੋਂ ਇੱਕ ਕੱਦੂ ਕੱਢ ਕੇ ਦੇਂਦਾ ਵੀ ਆ ਲੈਂਦਾ। ਸੋ ਉਹ ਇੱਕ ਨਾ ਪਿਕਚਰਸ ਬਣਦੀਆਂ, ਤਸਵੀਰਾਂ ਬਣਦੀਆਂ ਨੇ ਵੀ ਇੱਦਾਂ ਹੁੰਦਾ ਹੋਊਗਾ ਜੀ। ਫਿਰ ਜੇ ਗੱਲ ਕਰੀਏ ਤਾਂ ਹੌਲੀ ਹੌਲੀ ਸਮਾਂ ਬੀਤਦਾ ਜਾਂਦਾ ਤੇ ਨਾਲ ਦੀ ਨਾਲ ਸਵਾਦ ਵੀ ਬਦਲਦੇ ਜਾਂਦੇ ਆ, ਨਾਲ ਦੀ ਨਾਲ ਕਿੱਤਾ ਵੀ ਬਦਲਦਾ ਗਿਆ ਜੀ। ਤੇ ਜੇ ਗੱਲ ਕਰੀਏ 1991-92 ਦੀ ਜਦੋਂ ਅਸੀਂ ਜੰਮੇ ਸੀ, ਉਸ ਤੋਂ ਬਾਅਦ ਦੀ ਜੇ ਗੱਲ ਕਰੀਏ ਤਾਂ ਇਹ ਥੋੜਾ ਜਿਹਾ ਕੰਮ ਫਿਰ ਬਦਲ ਗਿਆ। ਬਿਲਕੁਲ, ਪਹਿਲਾਂ ਸੌਖਾ ਹੋ ਗਿਆ ਜੀ। ਪਹਿਲਾਂ ਜਿੱਥੇ ਛਪਾਈ ਜਿਹੜੀ ਆ ਉਹ ਮਸਾਂ 2-3 ਆਨੇ ਹੁੰਦੀ ਹੁੰਦੀ ਸੀ, ਹਨਾ, ਤੇ ਹੁਣ ਜਿਹੜੀ ਛਪਾਈ ਸੀ ਉਹ ਥੋੜੀ ਜਿਹੀ ਵੱਧ ਗਈ ਕਿਉਂਕਿ ਰੰਗ ਜਿਹੜੇ ਉਹ ਬਾਹਰੋਂ ਲੈ ਕੇ ਆਉਣੇ, ਸਾਰਾ ਕੁਛ ਬਦਲ ਗਿਆ। ਸੋ 1992 ਤੋਂ ਬਾਅਦ ਕਾਫੀ ਜ਼ਿਆਦਾ ਤਬਦੀਲੀ ਆਈ ਇਸ ਕੰਮ ਦੇ ਵਿੱਚ, ਠੱਪਿਆਂ ਦੇ ਵਿੱਚ ਵੀ ਤਬਦੀਲੀ ਆਈ ਨਾ। ਪਹਿਲਾਂ ਹੁੰਦਾ ਸੀ ਵੀ ਠੱਪੇ ਲਾ ਦੇਣੇ ਤਾਂ ਚਾਦਰ ਉਹ ਛਾਪ ਦੇਣੀ ਤਾਂ ਰੰਗ ਭਰ ਦੇਣੇ, ਫਿਰ ਕੀ ਹੋਣ ਲੱਗ ਪਿਆ, ਫਿਰ ਕੰਮ ਸੌਖਾ ਹੋ ਗਿਆ ਗਾਂਧੀ ਗਾਂ। ਫਿਰ ਰਾਜਸਥਾਨ ਤੋਂ ਵੱਡੀਆਂ ਵੱਡੀਆਂ ਸਕਰੀਨਾਂ ਆਉਣ ਲੱਗ ਪਈਆਂ ਜੀ। ਪਹਿਲਾਂ ਵੱਡੇ ਵੱਡੇ ਬਲੌਕ ਜੀ, ਇੱਕ ਡਿਜ਼ਾਈਨ ਦੇ ਲਈ 4 ਠੱਪੇ ਲੱਗਦੇ ਹੁੰਦੇ ਸੀਗੇ, ਹਨਾ, ਉੱਥੇ ਫਿਰ ਪਹਿਲਾਂ ਇੱਕ ਵੱਡਾ ਮੂਲ ਠੱਪਾ ਉਹਨਾਂ ਨੇ ਬਣਾਇਆ ਜਿਹਦੇ ਨਾਲ ਕਿ ਉਹ ਛਪਾਈ ਹੁੰਦੀ ਸੀ, ਪਰ ਉਹਦੇ 'ਚ ਵੀ ਸਮਾਂ ਤਾਂ ਉਨਾ ਹੀ ਲੱਗਣਾ ਨਾ, ਸਾਰਾ ਸਾਰਾ ਪਰਿਵਾਰ ਜਿਹੜਾ ਹੈ ਉਹ ਚਾਦਰ ਵਿਛਾ ਕੇ ਤੇ ਉਹਨੂੰ ਛਾਪਣ ਦਾ ਕੰਮ ਕਰਨਾ ਉਹਨਾਂ ਨੇ, ਹਨਾ। ਤੇ ਉਸ ਤੋਂ ਬਾਅਦ ਕੰਮ ਜਿਵੇਂ ਤੁਸੀਂ ਕਿਹਾ ਵੀ ਸੌਖਾ ਹੋਇਆ, ਸਕਰੀਨਾਂ ਆ ਗਈਆਂ ਰਾਜਸਥਾਨ ਤੋਂ, ਤੇ ਉਹ ਸਕਰੀਨ ਦਾ ਨਾ ਸਾਈਜ਼ ਹੀ ਜਿਹੜਾ ਉਹ ਚੰਦੇ ਜਿੱਡਾ ਹੁੰਦਾ ਸੀ, ਤੇ ਉਹ ਪੂਰੀ ਇੱਕ ਵਿਛਾਉਣੀ ਉਹ ਸਕਰੀਨ ਦੇ ਉੱਤੋਂ ਛਾਪਾ ਲਾਉਣਾ ਤੇ ਚੱਲ ਉਹ ਕੰਮ ਜਿਹੜਾ ਉਹ ਸੌਖਾ ਹੋ ਗਿਆ। ਦੇਖੋ ਤੁਸੀਂ ਪਹਿਲਾਂ ਵੀ ਮਹੀਨਾ ਮਹੀਨਾ ਲੱਗਦਾ ਸੀਗਾ, 150-200 ਨਗ ਬਣਦਾ ਸੀਗਾ, ਹਨਾ। ਫਿਰ ਜਦੋਂ ਸਕਰੀਨਾਂ ਆ ਗਈਆਂ ਫਿਰ 500-500 ਨਗ ਵੀ ਹੋਣ ਲੱਗ ਪਿਆ, ਫਿਰ ਪੈਸੇ ਵੀ ਵਧੀਆ ਹੋਣ ਲੱਗ ਪਿਆ ਜੀ। ਅੱਛਾ, ਇੱਕ ਚੀਜ਼ ਨਾ ਪੜ੍ਹ ਕੇ ਮੈਨੂੰ ਬੜਾ ਸਵਾਦ ਆਇਆ। ਓਕੇ, ਆਪਣੇ ਪੁਰਾਣੇ ਬਜ਼ੁਰਗਾਂ ਦੀ ਯਾਦਦਾਸ਼ਤ ਤਾਂ ਮਾਸ਼ਾਅੱਲਾ ਬਹੁਤ ਜ਼ਿਆਦਾ ਆ, ਬਹੁਤ ਜ਼ਿਆਦਾ। ਤੇ ਇਹ ਜਦੋਂ ਚੰਦਾ ਬਣ ਗਿਆ ਲਲਾਰੀਆਂ ਦੇ ਘਰੇ, ਫਿਰ ਜਦੋਂ ਵੰਡਣ ਜਾਣਾ ਉਹ ਕੰਮ ਬਜ਼ੁਰਗਾਂ ਨੂੰ ਸੌਂਪਿਆ ਜਾਂਦਾ ਸੀ। ਅੱਛਾ ਜੀ। ਉਹ ਇਸ ਕਰਕੇ ਕਿਉਂਕਿ ਉਹਨਾਂ ਨੂੰ ਯਾਦ ਰਹਿੰਦਾ ਸੀ ਵੀ ਕਿਹਦੇ ਘਰ ਕੇਸ ਛਾਪੇ ਦਾ ਕਿਹੜੀ ਕਿਹੜਾ ਚੰਦਾ ਦੇਣਾ। ਅੱਛਾ, ਤੇ ਕਿਹੜੇ ਬੰਦੇ ਕੋਲੋਂ ਕਿੰਨੇ ਪੈਸੇ ਲੈਣੇ। ਅੱਜ ਕੱਲ ਤਾਂ ਹੋ ਗਿਆ ਵੀ ਲਿਖ ਲਿਆ ਜੀ ਫਲਾਨੇ ਦਾ ਤੇ ਫਲਾਨੇ ਦਾ ਇੰਨਾ, ਹਨਾ, ਉਹਨਾਂ ਨੂੰ ਯਾਦ ਰਹਿੰਦਾ ਸੀ। ਕੀ ਬਾਤ ਹੈ। ਇਹ ਫਿਰ ਉਹਨਾਂ ਨੂੰ ਘਰ ਵੀ ਯਾਦ ਰਹਿੰਦੇ ਸੀ ਜੀ, ਵੀ ਇਹ ਹੁਣ ਜਿਵੇਂ ਅਖਬਾਰਾਂ ਵਾਲਿਆਂ ਨੂੰ ਘਰ ਯਾਦ ਹੁੰਦੇ ਨੇ, ਟਿਫਨ ਵਾਲਿਆਂ ਨੂੰ ਘਰ ਯਾਦ ਹੁੰਦੇ ਨੇ, ਉਹਨਾਂ ਨੂੰ ਵੀ ਯਾਦ ਸੀ। ਉਹ ਕੰਮ ਬਜ਼ੁਰਗਾਂ ਦਾ ਹੁੰਦਾ ਸੀ।
ਵਾਹ ਕਿੰਨੀ ਸੋਹਣੀ ਗੱਲ। ਤੁਰ ਕੇ ਉਹਨਾਂ ਨੇ ਜਾਣਾ ਸਿਰ ਤੇ ਗਠੜੀਆਂ ਲੈ ਕੇ, ਫਿਰ ਉਹਨਾਂ ਦੇ ਘਰ ਵੰਡ ਕੇ ਜਾਣੇ ਹਨਾ, ਜੀ ਫਿਰ ਆਪਣੇ ਜਾ ਕੇ ਬੱਚਿਆਂ ਨੂੰ ਦੱਸਣਾ ਵੀ ਫਲਾਣੇ ਕੋਲੋਂ ਇੰਨੇ ਆਨੇ ਲੈਣੇ ਨੇ, ਫਲਾਣੇ ਕੋਲੋਂ ਇੰਨੇ ਆਨੇ ਲੈਣੇ ਨੇ, ਉਹ ਵੀ ਦੇਖੋ ਯਾਦ ਹੁੰਦਾ ਸੀ। ਬਿਲਕੁਲ ਠੀਕ ਹੈ। ਅੱਛਾ ਦੇਖੋ ਆਪਾਂ ਸਾਰੀਆਂ ਗੱਲਾਂ ਦੱਸਤੀਆਂ ਵੀ ਠੱਪੇ ਬਣਦੇ ਸੀ ਹਨਾ, ਉਹਦੇ ਨਾਲ ਉਹ ਜਿਹੜੀਆਂ ਚਾਦਰਾਂ ਨੇ, ਮੇਜ਼ਪੋਸ਼ ਨੇ, ਉਹ ਬਣਾਏ ਜਾਂਦੇ ਸੀ, ਤੇ ਜਿਹੜਾ ਇੱਥੇ ਮੁੱਦਾ ਹੈ ਉਹ ਇਹ ਉੱਠਦਾ ਹੈ ਕਿ ਰੰਗ ਕਿੱਥੋਂ ਆਉਂਦੇ ਸੀ। ਹਾਂ ਮੇਨ ਮੁੱਦਾ ਤੇ ਇਹ ਆ ਵੀ ਰੰਗ, ਤੁਸੀਂ ਵੇਖੋ ਮੈਂ ਤੁਹਾਨੂੰ ਇੱਕ ਨਿੱਕਾ ਜਿਹਾ ਰੰਗ ਨੇ, ਹਾਂ ਵਾਕਿਆ ਦੱਸਦੀ ਆਂ ਵੀ ਮੈਂ ਨਾ ਇੱਕ ਘਰ ਦੇ ਵਿੱਚ ਗਈ, ਉੱਥੇ ਉਹਨਾਂ ਨੇ ਨਾ ਕਾਫੀ ਜ਼ਿਆਦਾ ਜਿਹੜਾ ਸੱਭਿਆਚਾਰ ਨਾਲ ਜੁੜਿਆ ਹੋਇਆ ਸਮਾਨ, ਜਿਵੇਂ ਸੰਦੂਕ ਹੋ ਗਏ, ਪੁਰਾਣਾ ਸਮਾਨ ਹਨਾ, ਚਰਖਾ ਹੋ ਗਿਆ, ਮਧਾਣੀ ਹੋ ਗਈ, ਇਦਾਂ ਦਾ ਸਮਾਨ ਉਹਨਾਂ ਨੇ ਇਕੱਠਾ ਕਰਕੇ ਰੱਖਿਆ ਹੋਇਆ ਸੀ, ਤੇ ਉੱਥੇ ਇੱਕ ਡਾਂਗ ਪਈ ਸੀ, ਉਸ ਡਾਂਗ ਨੂੰ ਮੂਹਰੇ ਰੰਗ ਲੱਗਿਆ ਹੋਇਆ ਸੀ। ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕੀ ਗੱਲ, ਵੀ ਰੰਗ ਲਾ ਲਾ ਕਿ ਲੋਕਾਂ ਨੂੰ ਕੁੱਟਦੇ ਹੋ, ਜਿਹੜੀ ਐਡੀ ਡਾਂਗ ਹੈ ਉਹਦੇ ਮੂਹਰੇ ਰੰਗ ਲੱਗਿਆ ਹੋਇਆ, ਵੀ ਜਿਹਦੇ ਪਵੇ ਪਿੱਠ ਤੇ ਰੰਗ ਛਾਪ, ਰੰਗ ਛਾਪ ਜਾਵੇ ਹਨਾ, ਤੇ ਉਹ ਕਹਿੰਦੇ ਨਹੀਂ ਇਹ ਵੀ ਇੱਕ ਸਾਡੇ ਸੱਭਿਆਚਾਰ ਦਾ ਅੰਗ ਹੈ। ਦੇਖੋ ਵੀ ਜਦੋਂ ਇਹ ਜਿਹੜੇ ਹੁਣ ਪਹਿਲਾਂ ਤਾਂ ਬੀਬੀਆਂ ਹੀ ਸਾਰੇ ਕੰਮ ਹੱਥੀ ਕਰਦੀਆਂ ਹੁੰਦੀਆਂ ਸੀ ਨਾ, ਤੇ ਉਹ ਡਾਂਗ ਹਰ ਘਰ ਦੇ ਵਿੱਚ ਵੇਖਣ ਨੂੰ ਮਿਲਦੀ ਹੁੰਦੀ ਸੀ, ਜਿਹਦੇ 'ਚ ਮੋਹਰੇ ਰੰਗ ਲੱਗਿਆ ਹੁੰਦਾ ਸੀ। ਉਹਦਾ ਕੀ ਹਿਸਾਬ, ਉਹ ਗਰਮ ਪਾਣੀ ਕਰਕੇ ਉਹ 'ਚ ਰੰਗ ਘੋਲ ਕੇ ਆਪਣੀਆਂ ਚੁੰਨੀਆਂ ਘਰੇ ਰੰਗਦੀਆਂ ਸੀ, ਚਾਦਰਾਂ ਘਰੇ ਰੰਗਦੀਆਂ ਸੀ, ਡਾਂਗ ਤਾਂ ਘੋਲਦੀਆਂ ਸੀ। ਹਾਂ ਉਹ ਡਾਂਗ ਦੇ ਨਾਲ ਘੋਲ ਘੋਲ ਕੇ ਉਹ ਫਿਰ ਉਹ ਡਾਂਗ ਕਹਿੰਦੇ ਹਰ ਘਰ ਦੇ ਵਿੱਚ ਲੱਭ ਜਾਂਦੀ ਹੁੰਦੀ ਸੀ, ਰੰਗ ਵਾਲੀ ਡਾਂਗ ਜੀ। ਕਿੱਥੇ ਹੁਣ ਤਾਂ ਇਹ ਸਾਰਾ ਕੁਛ ਅਲੋਪ ਹੋ ਗਿਆ ਹਨਾ। ਬਾਕੀ ਗੱਲਾਂ ਬਾਤਾਂ ਜਾਰੀ ਰਹਿਣਗੀਆਂ ਜੀ, ਫਿਲਹਾਲ ਵੇਲਾ ਵਕਫੇ ਦਾ ਹੋ ਗਿਆ, ਵਕਫੇ ਤੋਂ ਬਾਅਦ 'ਚ ਮਿਲਦੇ ਹਾਂ। ਪ੍ਰਾਈਮੇਸ਼ਰ ਟੀਵੀ ਤੇ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਜੀ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਹਾਜ਼ਰ ਹਾਂ, ਤੇ ਪ੍ਰਾਈਮ ਵਿਮਨ ਦੇ ਵਿੱਚ ਅੱਜ ਗੱਲ ਹੋ ਰਹੀ ਹੈ ਚੁੰਨੀਆਂ ਦੀ, ਰੰਗਾਂ ਦੀ, ਲਲਾਰੀਆਂ ਦੀ, ਤੇ ਅਸੀਂ ਜਿੱਥੇ ਗੱਲ ਛੱਡੀ ਸੀ ਵੀ ਰੰਗ ਕਿੱਥੋਂ ਆਉਂਦੇ ਸੀ, ਬਹੁਤ ਜ਼ਿਆਦਾ ਨਾ ਇਹ ਕਹਿ ਲਓ ਵੀ ਇੱਕ ਮਿੱਠੀ ਜਿਹੀ ਗੱਲ ਮੈਨੂੰ ਲੱਗੀ, ਮੈਨੂੰ ਲਫ਼ਜ਼ ਨਹੀਂ ਸੀ ਲੱਭ ਰਿਹਾ ਮੈਂ ਕੀ ਵਰਤਾਂ ਹਨਾ, ਹਾਂ ਕਿ ਰੰਗ ਬਣਦੇ ਕਿਵੇਂ ਸੀ। ਮੈਂ ਜਦੋਂ ਰੰਗਾਂ ਦੇ ਬਾਰੇ 'ਚ ਪੜ੍ਹਿਆ ਤੇ ਮੈਨੂੰ ਨਾ ਬੜੀ ਜਿੱਦਾਂ ਕਹਿ ਲਓ ਵੀ ਦਿਲ ਦੇ ਨੇੜੇ ਜੇ ਵਾਲੀ ਮਿੱਠੀ ਜਿਹੀ ਗੱਲ ਉਹ ਲੱਗੀ ਵੀ ਰੰਗ ਕਿਵੇਂ ਬਣਦੇ ਹੁੰਦੇ ਸੀ, ਬੜਾ ਚੰਗਾ ਲੱਗਿਆ ਮੈਨੂੰ ਪੜ੍ਹ ਕੇ। ਇਹੋ ਜੀ ਕਿਹੜੀ ਮਿੱਠੀ ਗੱਲ, ਦੇਖੋ ਸਭ ਤੋਂ ਜ਼ਿਆਦਾ ਜ਼ਰੂਰਤ ਇਹ ਆ ਵੀ ਅੱਗ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਸੀ ਰੰਗਾਂ ਨੂੰ ਪਕਾਉਣ ਦੇ ਲਈ ਹਨਾ, ਵੀ ਰੰਗ ਜਿਹੜੇ ਉਤਰਨ ਨਾ, ਕਈ ਵਾਰ ਐਂ ਹੁੰਦਾ ਸੀ ਤੁਸੀਂ ਵੇਖੋ ਮੈਨੂੰ ਦੁੱਖ ਬੜਾ ਹੋਇਆ ਕਿ ਕਈ ਵਾਰ ਇੱਦਾਂ ਦੇ ਕਈ ਕੱਚੇ ਰੰਗ ਹੁੰਦੇ ਸੀ ਜਿਹੜੇ ਪਹਿਲਾਂ ਘਰੇ ਬਣਾਉਂਦੇ ਹੁੰਦੇ ਸੀ ਹਨਾ, ਉਹ ਕਿਤੇ ਚਾਦਰ ਧੋ ਦੇਣੀ ਜਾਂ ਮੇਜ਼ਪੋਸ਼ ਧੋ ਦੇਣਾ ਤਾਂ ਰੰਗ ਲੱਥ ਜਾਂਦਾ ਲੈ ਜਾਣਾ ਹਨਾ, ਤੇ ਬਾਕੀ ਜੇ ਰੰਗ ਜਿਹੜੇ ਬਣਦੇ ਸੀ ਪਹਿਲਾਂ ਉਹ ਬਣਦੇ ਹੁੰਦੇ ਸੀਗੇ ਜਿਵੇਂ ਫਰਮਾ ਦਾ ਦਰਖਤ ਹੋ ਗਿਆ, ਪਲਾਹ ਦਾ ਹੋ ਗਿਆ ਹਨਾ, ਹੋ ਗਿਆ ਦਰਖਤ, ਦਰਖਤਾਂ ਦੇ ਨਾਂ ਹੀ ਮੈਂ ਤਾਂ ਪਹਿਲੀ ਵਾਰੀ ਸੁਣੇ ਆ, ਕਿਹੜਾ ਪਲਾਹ ਤੇ ਕਿਹੜਾ ਫਰਮਾ ਅੱਜ ਕੱਲ ਨਹੀਂ ਲੱਭਦੇ ਜੀ ਦੇਖਣ ਨੂੰ। ਉਹਨਾਂ ਦੇ ਨਾ ਪੀਲੇ ਰੰਗ ਦੇ ਫੁੱਲ ਲੱਗਦੇ ਹੁੰਦੇ ਸੀ, ਅੱਛਾ ਉਹਨਾਂ ਫੁੱਲਾਂ ਤੋਂ ਖੱਟਾ ਰੰਗ ਬਣਦਾ ਹੁੰਦਾ ਸੀ ਫੁੱਲਾਂ ਤੋਂ, ਹਾਂ ਉਹਨਾਂ ਫੁੱਲਾਂ ਨੂੰ ਰਾਤ ਨੂੰ ਪਾਣੀ ਦੇ ਵਿੱਚ ਭਿਉਂ ਦੇਣਾ, ਅੱਛਾ ਸਵੇਰੇ ਉੱਠ ਕੇ ਤੇ ਉਹ ਜਿਹੜੇ ਫੁੱਲ ਨੇ ਉਹਨਾਂ ਨੂੰ ਕੱਢ ਕੇ ਨਚੋੜ ਕੇ ਬਾਹਰ ਸੁੱਟ ਦੇਣਾ ਤੇ ਪੀਲਾ ਰੰਗ ਤਿਆਰ। ਅੱਛਾ ਮੈਂ ਤਾਂ ਇਹ ਵੀ ਸੁਣਿਆ ਵੀ ਉਦੋਂ ਬਾਕੀ ਸਾਰੇ ਜਿਹੜੇ ਰੰਗ ਆ ਉਹ ਘਰੇ ਬਣਾ ਲੈਂਦੇ ਸੀ, ਸਿਰਫ ਇੱਕ ਲਾਲ ਰੰਗ ਜਿਹੜਾ ਉਹ ਖਰੀਦਣਾ ਪੈਂਦਾ ਸੀ, ਬਾਕੀ ਸਾਰੇ ਰੰਗ ਜਿਹੜੇ ਘਰੇ ਬਣ ਜਾਂਦੇ ਸੀ। ਤੇ ਜਿਵੇਂ ਤੁਸੀਂ ਇਹ ਗੱਲ ਦੱਸੀ ਵੀ ਫੁੱਲਾਂ ਤੋਂ ਰੰਗ ਬਣਦਾ ਸੀ ਨਾ, ਇਹ ਤਾਂ ਫਿਰ ਵੀ ਕਹਿ ਸਕਦੇ ਹਾਂ ਵੀ ਫੁੱਲ ਉਹ ਬਹੁਤ ਜ਼ਿਆਦਾ ਰੰਗ ਛੱਡਦੇ ਹੋਣਗੇ ਜਾਂ ਭਿੱਜੇ ਰਹਿੰਦੇ ਨੇ ਤਾਂ ਰੰਗ ਲੈ ਜਾਂਦਾ ਜਿਵੇਂ। ਹਾਂਜੀ ਮੈਂ ਇਹ ਕਹਿਣ ਲੱਗੀ ਸੀ ਤੁਸੀਂ ਇਹ ਵੇਖੋ, ਹਰਾ ਰੰਗ ਜਿਹੜਾ ਉਹਨੂੰ ਬਣਾਉਣ ਦੇ ਲਈ ਨਾ ਉਹਦੇ 'ਚ ਲੱਸੀ ਪਾਈ ਜਾਂਦੀ ਸੀ, ਹਾਂ ਤਾਂ ਕਿ ਉਹ ਰੰਗ ਗਾੜਾ ਹੋ ਜਾਵੇ। ਉਹ ਲੱਸੀ ਆਮ ਜਿਹਨਾਂ ਘਰਾਂ ਦੇ ਵਿੱਚ ਪਸ਼ੂ ਹੋਣੇ ਹਨਾ, ਉਹਨਾਂ ਦੇ ਘਰੋਂ ਲੱਸੀ ਲਿਆਉਣੀ ਤੇ ਉਹ ਲੱਸੀ ਮਿਲਾਈ ਜਾਂਦੀ ਸੀ ਹਰੇ ਰੰਗ ਦੇ ਵਿੱਚ ਵੀ ਉਹ ਰੰਗ ਗਾੜਾ ਹੋ ਜਾਵੇ। ਬੱਲਾ ਬੱਲਾ। ਅੱਛਾ ਦੇਖੋ ਘਰੇ ਕੱਢੀਆਂ ਹੋਈਆਂ ਕਾਢਾਂ ਸੀ ਜਿਹੜੀਆਂ ਕਿ ਮੈਂ ਬਿਲਕੁਲ ਸਫਲ ਵੀ ਸੀਗੀਆਂ, ਕਾਮਯਾਬ ਵੀ ਸੀਗੀਆਂ। ਮੈਂ ਗੱਲ ਲੱਗੀ ਸੀ ਵੀ ਉਹ ਤਾਂ ਤੁਸੀਂ ਪੀਲਾ ਰੰਗ ਦੱਸ ਦਿੱਤਾ, ਹਰਾ ਦੱਸ ਦਿੱਤਾ, ਜੇ ਮੈਂ ਤੁਹਾਨੂੰ ਇਹ ਦੱਸਾਂ ਵੀ ਕਾਲਾ ਰੰਗ ਕਿਵੇਂ ਬਣਾਇਆ ਜਾਂਦਾ ਸੀ। ਕਿਵੇਂ ਕਾਲਾ ਰੰਗ ਤੁਸੀਂ ਪਾਇਆ ਵੀ ਹੋਇਆ ਵੈਸੇ ਅੱਜ? ਕਾਲਾ ਰੰਗ ਤਾਂ ਉਹ ਤਾਂ ਬਹੁਤ ਹੀ ਹੈਰਾਨ ਕਰਨ ਵਾਲੀ ਗੱਲ ਸੀ ਵੀ ਕਿਵੇਂ ਬਣਾਉਂਦੇ ਸੀ। ਉਹ ਬਣਾਉਂਦੇ ਸੀ ਵੀ ਜਦੋਂ ਮੀਂਹ ਪੈਂਦਾ ਸੀ ਤਾਂ ਕੋਠਿਆਂ ਤੇ ਨਾ ਵੱਡੇ ਵੱਡੇ ਤੋੜੇ ਰੱਖਦੇ ਨੇ, ਉਹਦੇ ਵਿੱਚ ਪਾਣੀ ਜਮ੍ਹਾਂ ਹੋ ਜਾਣਾ ਜਾਂ ਪਾਣੀ ਤੋੜੇ ਤਾਂ ਪਹਿਲਾਂ ਨਜ਼ਰ ਹੀ ਆਉਂਦੇ ਹੁੰਦੇ ਸੀ ਕੋਠਿਆਂ ਦੇ, ਪਾਣੀ ਆਪ ਵੀ ਭਰ ਦੇਣਾ, ਫਿਰ ਉਹਦੇ ਵਿੱਚ ਲੋਹੇ ਦੀਆਂ ਜਿੰਨੀਆਂ ਵੀ ਘਰੇ ਚੀਜ਼ਾਂ ਬਚੀਆਂ ਪਈਆਂ ਉਹ ਸਾਰੀਆਂ ਪਾ ਦੇਣੀਆਂ। ਅੱਛਾ ਜੀ। ਜਾਂ ਤਰਖਾਣਾ ਤੋਂ, ਲੁਹਾਰਾਂ ਤੋਂ ਲਿਆ ਕੇ ਕੋਈ ਚੀਜ਼ ਚੱਕ ਲਿਆਂਦੀ ਛੋਟੀ ਮੋਟੀ ਵੀ, ਉਹ ਵੀ ਉੱਥੇ ਸੁੱਟ ਦੇਣੀ ਜੀ। ਇਹ ਸੀਗਾ ਵੀ ਹੁਣ ਤਾਂ ਜਿਵੇਂ ਆਪਣੇ ਘਰੇ ਲੋਹਾ ਲੂਹਾ ਹੁੰਦਾ ਆਪਾਂ ਵੇਚ ਦਿੰਦੇ ਹਾਂ ਨਾ, ਉਦੋਂ ਹੁੰਦਾ ਵੀ ਤੋੜੇ ਚ ਪਾਉਣ ਜਾਣਾ ਉਹ ਲੋਹਾ ਜੀ, ਤੇ ਜਦੋਂ ਉਹ ਚ ਮੀਂਹ ਦਾ ਰੰਗ, ਮੀਂਹ ਦਾ ਪਾਣੀ ਜਿਹੜਾ ਉਹ ਜਮ੍ਹਾਂ ਹੋਣਾ ਜਾਂ ਉਦਾਂ ਵੀ ਪਾਣੀ ਜਿਹੜਾ ਪਾਉਣਾ, ਉਹ ਫਿਰ ਲੋਹੇ ਦਾ ਰੰਗ ਲੈ ਕੇ ਕਾਲਾ ਰੰਗ ਬਣ ਜਾਣਾ। ਵਾਹ। ਉਹ ਫਿਰ ਪਾਣੀ ਨਿਤਾਰ ਲੈਣਾ ਤੇ ਥੱਲੇ ਰੰਗ ਕੱਢ ਲੈਣਾ। ਅੱਛਾ ਤੁਸੀਂ ਇਹ ਵੇਖੋ, ਇਹ ਰੰਗ ਤਾਂ ਚਲੋ ਮੈਂ ਜਿਵੇਂ ਦੱਸਿਆ ਵੀ ਕੱਚੇ ਹੁੰਦੇ ਸੀ, ਬਹੁਤੇ ਪੱਕੇ ਨਹੀਂ ਸੀ ਹੁੰਦੇ, ਹੌਲੀ ਹੌਲੀ ਇਹ ਰੰਗ ਜਿਹੜੇ ਹੈ ਉਹ ਬਾਜ਼ਾਰ ਦੇ ਵਿੱਚ ਵੀ ਮਿਲਣੇ ਸ਼ੁਰੂ ਹੋ ਗਏ, ਤੇ ਮੈਨੂੰ ਹਲੇ ਤੱਕ ਗੱਲ ਯਾਦ ਹੈ ਕਹਿੰਦੇ ਹੁੰਦੇ ਸੀ ਕੰਡੇ ਮਾਰਕਾ ਰੰਗ,
ਇਹ ਜਿਹੜਾ ਕੰਡੇ ਮਾਰਕਾ ਰੰਗ ਹੈ ਨਾ ਉੱਧਰ ਮਾਝੇ ਮਾਲਵੇ ਦੇ ਵਿੱਚ ਬਹੁਤ ਜ਼ਿਆਦਾ ਫੇਮਸ ਆ, ਪ੍ਰਸਿੱਧ ਆ ਬਹੁਤ ਜ਼ਿਆਦਾ, ਕਿਉਂਕਿ ਇਹ ਬਾਗੇ ਪੁਰਾਣੇ ਦੇ ਰੰਗ ਬੜੇ ਮਸ਼ਹੂਰ ਹੁੰਦੇ ਸੀ, ਕੰਡੇ ਮਾਰਕਾ ਰੰਗ ਬਾਗੇ ਪੁਰਾਣੇ ਖਾਸ ਤੌਰ ਤੇ ਬਾਗੇ ਪੁਰਾਣੇ ਹੋ ਜੀ, ਕੰਡੇ ਮਾਰ ਰੰਗ ਲੈਣ ਜਾਣਾ ਜੀ, ਤੇ ਬਾਗਾ ਪੁਰਾਣਾ ਹੋ ਗਿਆ, ਦਿੱਲੀ ਹੋ ਗਿਆ, ਗੰਗਾਨਗਰ ਹੋ ਗਿਆ, ਇੱਥੋਂ ਰੰਗ ਮਿਲਦੇ ਹੁੰਦੇ ਸੀ, ਤੇ ਜਿਹੜੇ ਬਾਗੇ ਪੁਰਾਣੇ ਵਾਲੇ ਰੰਗ ਸੀ ਨਾ ਕੰਡੇ ਮਾਰਕਾ, ਜੇ ਕਿਤੇ ਬੀਬੀਆਂ ਨੂੰ ਕਿਸੇ ਨੇ ਪੁੱਛਣਾ ਵੀ ਸੂਤ ਜਿਹੜਾ ਉਹ ਰੰਗਿਆ ਕੱਤ ਕੇ ਹਨਾ, ਕਿ ਇਹ ਰੰਗ ਕਿੱਥੋਂ ਲੈ ਕੇ ਆਈਆਂ, ਤੇ ਉਹ ਇਸ ਚੀਜ਼ ਨੂੰ ਵੀ ਬੜਾ ਵਧਾ ਚੜਾ ਕੇ ਦੱਸਦੀਆਂ ਹੁੰਦੀਆਂ ਸੀ, ਇਹ ਬੜੀ ਵਧੀਆ ਇੱਕ ਆਪਣੇ ਆਪ 'ਚ ਪੇਸ਼ਕਾਰੀ ਮੰਨੀ ਜਾਂਦੀ ਸੀ, ਬਾਗੇ ਪੁਰਾਣੇ ਵਾਲੇ ਕੰਡੇ ਮਾਰਕਾ ਰੰਗ ਨੇ। ਅੱਛਾ, ਮਤਲਬ ਇਹ ਉਦੋਂ ਵੀ ਸੀਗਾ ਵੀ ਅੱਜ ਤੂੰ ਕੋਈ ਸੂਟ ਉਹ ਲੈਂਦਾ, ਮੈਂ ਤਾਂ ਫਲਾਨੇ ਵਾਲਿਆਂ ਤੋਂ ਲਿਆਂਦਾ, ਫਲਾਨੀ ਦੁਕਾਨ ਤੋਂ ਲਿਆਂਦਾ, ਫਲਾਨੇ ਮਾਲ ਤੋਂ ਲਿਆਂਦਾ, ਇਹ ਵੀ ਐ ਹੁੰਦਾ ਹੋਣਾ ਵੀ ਬਾਗੇ ਪੁਰਾਣੇ ਲੈਂਦੇ ਆ, ਤੁਸੀਂ ਦੇਖੋ ਸਸਤੇ ਜੇ ਵਰਤਦੇ ਰਹੀ। ਬਿਲਕੁਲ, ਇਹ ਕੰਡੇ ਮਾਰਕਾ ਸ਼ਬਦ ਇੰਨਾ ਜ਼ਿਆਦਾ ਪ੍ਰਸਿੱਧ ਹੋਇਆ ਸੀ, ਕਹਿੰਦਾ ਕੰਡੇ ਮਾਰਕਾ ਚਾਹ ਪੀਣੀ ਹੈ, ਉਹ ਬਾਗੇ ਪੁਰਾਣੇ ਵਾਲੇ ਕੰਡੇ ਮਾਰਕਾ ਰੰਗ ਨੇ ਜਿਹੜੇ ਕਦੀ ਫਿੱਕੇ ਨਹੀਂ ਸੀ ਪੈਂਦੇ ਹੁੰਦੇ, ਤੇ ਜਿਵੇਂ ਮੈਂ ਪਹਿਲਾਂ ਕਿਹਾ ਵੀ ਡਾਂਗ ਘਰ ਦੇ ਵਿੱਚ ਆਮ ਹੀ ਦੇਖਦੀ ਸੀ ਲਾਰੀ ਵਾਲੀ, ਉਹ ਇਹੀ ਰੰਗ ਵਰਤਦੀਆਂ ਹੁੰਦੀਆਂ ਸੀ ਬੀਬੀਆਂ, ਤੇ ਜਿਹਦੇ ਤੋਂ ਬਾਅਦ ਦੇਖੋ ਤੁਸੀਂ, ਮੈਨੂੰ ਬੜਾ ਚੰਗਾ ਲੱਗਿਆ ਵੀ ਉਹ ਜਿਹੜੀ ਕੀ ਉਹਨੂੰ ਕਹਿੰਦੇ ਨੇ ਫੁਲਕਾਰੀ ਜਿਹੜੀ ਹੁੰਦੀ ਹੈ, ਜਿਹੜੀ ਦੋਤੀ ਨੂੰ ਪਾਈ ਜਾਂਦੀ ਹੈ ਨਾਨਕਿਆਂ ਵੱਲੋਂ ਸੁੱਭਰ, ਉਹ ਜਿਹੜਾ ਹੈ ਉਹ ਵੀ ਖਾਸ ਤਿਆਰ ਕਰਵਾਇਆ ਜਾਂਦਾ ਹੁੰਦਾ ਸੀ, ਜਦੋਂ ਕੁੜੀ ਦੀਆਂ ਲਾਵਾਂ ਹੋਣੀਆਂ, ਦੋਤੀ ਦੀਆਂ ਲਾਵਾਂ ਹੋਣੀਆਂ, ਤੇ ਜਿਹਨੂੰ ਨਾਨਕੀ ਛੱਕ ਕਹਿੰਦੇ ਨੇ ਜਾਂ ਨਾਨਕਿਆਂ ਨੇ, ਉਹ ਸੁੱਭਰ ਜਿਹੜਾ ਹੈ ਉਹ ਕੁੜੀ ਦੇ ਉੱਤੇ ਪਾਉਣਾ। ਹਾਂਜੀ, ਮੈਂ ਆਪਣੀ ਨਾਨੀ ਕੋਲ ਵੀ ਵੇਖਿਆ ਸੁੱਭਰ ਜੀ, ਤੇ ਇਹ ਸੁੱਭਰ ਭਾਰਾ ਵੀ ਬੜਾ ਹੁੰਦਾ, ਖੱਦਰ ਦਾ ਹੁੰਦਾ ਬਿਲਕੁਲ, ਤੇ ਉਹ ਐਂ ਬਈ ਇੰਨੀ ਗਰਮੀ ਲੱਗਦੀ ਸੀ ਨਾ ਉਹਦੇ ਵਿੱਚ, ਪਰ ਉਹ ਕੁੜੀਆਂ ਨੂੰ ਬੜਾ ਚਾਅ ਹੁੰਦਾ ਸੀ। ਤੁਸੀਂ ਵੇਖੋ, ਮੈਨੂੂੰ ਬੜਾ ਚੰਗਾ ਲੱਗਿਆ ਕੁਸਮ ਜੀ, ਵੀ ਇਹ ਤਾਂ ਚਲੋ ਰੰਗਾਂ ਦੀ ਗੱਲ ਹੋ ਗਈ, ਛਾਪਿਆਂ ਦੀ ਗੱਲ ਹੋ ਗਈ, ਲਲਾਰੀਆਂ ਦੀ ਗੱਲ ਹੋ ਗਈ, ਹਨਾ, ਪਹਿਲਾਂ ਕੁੜੀਆਂ ਜਿਹੜੀਆਂ ਨੇ ਉਹ, ਜਦੋਂ ਮੈਂ ਇੱਕ ਨਾ ਬੀਬੀ ਜੀ ਨਾਲ ਗੱਲ ਕੀਤੀ ਤੇ ਮੈਨੂੰ ਬੜਾ ਕੁਝ ਸਿੱਖਣ ਨੂੰ ਮਿਲਿਆ ਉਹਨਾਂ ਕੋਲੋਂ, ਵੀ ਕੁੜੀਆਂ ਨੂੰ ਵਿਆਹ ਦਾ ਇੰਨਾ ਚਾਅ ਹੁੰਦਾ ਸੀ, ਕੁੜੀਆਂ ਨੂੰ ਆਪਣੇ ਦਾਜ ਦਾ ਇੰਨਾ ਚਾਅ ਹੁੰਦਾ ਸੀ, ਵੀ ਗਰਮੀ ਦੀਆਂ ਛੁੱਟੀਆਂ ਹੋਣੀਆਂ ਨਾ ਜਦੋਂ, ਹੁਣ ਛੋਟੀ ਛੋਟੀ ਉਮਰਾਂ ਦੇ ਵਿੱਚ 8ਵੀਂ 9ਵੀਂ 10ਵੀਂ ਦੇ ਵਿੱਚ ਹੀ, ਤਾਂ ਕੁੜੀਆਂ ਨੇ ਗਰਮੀ ਦੀਆਂ ਛੁੱਟੀਆਂ 'ਚ ਆਪਣੇ ਲਈ ਫੁਲਕਾਰੀਆਂ ਕੱਢਣੀਆਂ, ਚਾਦਰਾਂ ਕੱਢਣੀਆਂ, ਫਿਰ ਮੇਜ਼ ਪੋਸ਼ ਬਣਾਉਣੇ, ਹਨਾ, ਫਿਰ ਚਰਖਾ ਕੱਤਣਾ, ਇਹ ਸਾਰੇ ਕੰਮ ਕੁੜੀਆਂ ਹੱਥੀਂ ਕਰਦੀਆਂ ਹੁੰਦੀਆਂ। ਬਿਲਕੁਲ, ਮੇਰੀ ਮਾਸੀ ਖੁਦ ਬਣਾਉਂਦੇ ਰਹੇ, ਆਪਣੇ ਲਈ ਵੀ ਬਣਾਇਆ, ਉਹਨਾਂ ਨੇ ਮਾਂ ਦੇ ਵੀ ਬਣਾਇਆ, ਤੇ ਅੱਗੇ ਕਿਹੜਾ ਵੀ ਹੁੰਦਾ ਸੀਗਾ ਵੀ ਅੱਜ ਕੱਲ੍ਹ ਤਾਂ ਕੁੜੀਆਂ ਕਹਿੰਦੀਆਂ ਅਸੀਂ ਤਾਂ ਆਹ ਰੰਗ ਪਾਉਣਾ, ਅਸੀਂ ਤਾਂ ਆਹ ਰੰਗ ਪਾਉਣਾ, ਅੱਗੇ ਤਾਂ ਵਿਚਾਰੀਆਂ ਨੂੰ ਜਿਹੜਾ ਮਿਲ ਜਾਣਾ ਉਹ ਵੀ ਨਾ, ਤੇ ਇੱਕ ਸਾਡੇ ਘਰੇ ਮੇਜ਼ ਪੋਸ਼ ਆ, ਹੱਲੇ ਵੀ ਹੈਗਾ ਉਹ ਮੇਜ਼ ਪੋਸ਼, ਉਹ 'ਚ ਨਾ ਕਿੰਨੇ ਹੀ ਰੰਗ ਆ। ਅੱਛਾ ਜੀ, ਤੇ ਮੈਂ ਮਾਸੀ ਨੂੰ ਕਹਿਣਾ ਵੀ ਮਾਸੀ ਇਹ ਬਹੁਤ ਸੋਹਣਾ ਬਣਾਇਆ ਨਾ, ਤੇ ਉਹ ਕਹਿੰਦੀ ਸੀ ਅੜੀਏ ਸੁਣ ਗੱਲ ਇਹਦੇ ਵਿੱਚ ਐਂ ਹੋਈ ਵੀ ਜਿੰਨੀਆਂ ਵੀ ਧਾਗੇ ਜਿਹੜੇ ਜਿੰਨੇ ਜਿਹੜੇ ਕੁਛ ਬਣਾ ਕੇ ਬਚੇ ਸੀਗੇ ਉਹ ਸਾਰੇ ਚੱਕ ਕੇ ਮੈਂ ਇਹ 'ਚ ਪਾਤੇ, ਵੀ ਚੱਲ ਬਚਿਆ ਕੁਛ ਇੱਕ ਬਣਾ ਲੈਂਦੀ ਹਾਂ, ਤੇ ਕਹਿੰਦੇ ਸਭ ਤੋਂ ਸੋਹਣਾ ਬਣ ਗਿਆ। ਸੋ ਅੱਜ ਕੱਲ੍ਹ ਤਾਂ ਕੁੜੀਆਂ ਜੀ ਵਿਆਹ ਤੋਂ ਹੀ ਬਹੁਤ ਡਰਦੀਆਂ ਨੇ, ਦਾਜ ਦੀ ਰੂਪ ਰੇਖਾ ਅਸੀਂ ਬਦਲ ਦਿੱਤੀ ਆ ਵੀ ਫਰਿੱਜ, ਟੀਵੀ ਤੇ ਗੱਡੀਆਂ, ਇਹ ਦਾਜ ਬਣ ਗਿਆ, ਕਿੱਥੇ ਉਹ ਦਾਜ ਆਪਣੀ ਹੋਰ ਰਹਿ ਗਈ ਜੀ। ਬਈ ਅੱਗੇ ਆਪਣੇ ਲੋਕ ਨਾ ਪਸ਼ੂਆਂ ਨੂੰ ਬੜਾ ਪਿਆਰ ਕਰਦੇ ਸੀ, ਤੇ ਪਸ਼ੂਆਂ ਦੇ ਉੱਪਰ ਵੀ ਜਿਹੜੇ ਉਹਨਾਂ ਨੇ ਝੁੱਲ ਪਾਉਣੇ, ਅੱਜ ਕੱਲ੍ਹ ਤਾਂ ਲੋਕੀ ਬੋਰੀਆਂ ਦੇ ਪਾ ਦਿੰਦੇ ਨੇ, ਉਹ ਵੀ ਰੰਗ ਕੇ ਪਾਉਣੇ, ਛਾਪਿਆਂ ਵਾਲੇ ਪਾਉਣੇ, ਵੀ ਸਾਡਾ ਜਿਹੜਾ ਪਸ਼ੂ ਆ ਉਹ ਵੀ ਸੋਹਣਾ ਲੱਗੇ। ਵਾਹ, ਕੀ ਬਾਤ ਹੈ, ਕਿਤੇ ਕਾਸ਼ ਉਹ ਦਿਨ ਮੁੜੇ ਆਉਣ, ਕਿਤੇ ਸਾਡਾ ਉਹੀ ਜਿਹੜਾ ਸੱਭਿਆਚਾਰ ਆ ਦੁਆਰਾ ਸਾਡੇ ਕੋਲ ਆ ਜਾਵੇ, ਹਨਾ। ਸੋ ਜਾਂਦੇ ਜਾਂਦੇ ਮੈਂ ਦੋ ਲਾਈਨਾਂ ਜ਼ਰੂਰ ਸਾਂਝੀਆਂ ਕਰਨਾ ਚਾਹੁੰਦੀ, ਮੈਂ ਜਦੋਂ ਫੁਲਕਾਰੀ ਤੇ ਲਲਾਰੀ ਤੇ ਕੁਛ ਪੜ੍ਹ ਰਹੀ ਸੀ ਤਾਂ ਇਹ ਲਾਈਨਾਂ ਲੱਭੀਆਂ ਕਿ ਨੀ ਕੁੜੀਏ ਤੂੰ ਪਿਆਰ ਕਰੀ ਨਾ ਕਿਸੇ ਉੱਤੇ ਇਤਬਾਰ ਕਰੀ ਨਾ, ਇੱਕ ਮਿਰਗਾਂ ਦੀ ਚਾਲ ਨਾ ਚੱਲੀ, ਇੱਕ ਮਿਰਗਾਂ ਦੀ ਚਾਲ ਨਾ ਚੱਲੀ, ਪਾ ਸੁਰਮੇ ਦੀ ਧਾਰੀ ਨੀ, ਇੱਜ਼ਤਾਂ ਦੀ ਫੁਲਕਾਰੀ ਤੇ ਪਾ ਦਿੰਦੇ ਡੱਬ ਲਲਾਰੀ ਨੀ, ਇੱਜ਼ਤਾਂ ਦੀ ਫੁਲਕਾਰੀ ਤੇ ਪਾ ਦਿੰਦੇ ਡੱਬ ਲਲਾਰੀ ਨੀ। ਵਾਹ, ਕੀ ਬਾਤ ਹੈ। ਚਲੋ ਇਸੇ ਨੋਟ ਦੇ ਉੱਪਰ ਹੁਣ ਅਸੀਂ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ ਜੀ, ਤੁਸੀਂ ਆਪਣੀ ਪ੍ਰਤੀਕਿਰਿਆ ਸਾਡੇ ਤੱਕ ਜ਼ਰੂਰ ਪਹੁੰਚਾਇਓ, ਵਟਸਐਪ ਦੇ ਜ਼ਰੀਏ, ਯੂਟਿਊਬ ਦੇ ਜ਼ਰੀਏ ਜਾਂ ਫਿਰ ਫੇਸਬੁੱਕ ਤੇ ਜਾ ਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਫਿਲਹਾਲ ਦੇ ਲਈ ਆਗਿਆ ਦਿਓ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਪ੍ਰਾਈਮ ਏਸ਼ੀਆ ਟੀਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।